ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਚੱਲ ਰਹੇ ਕ੍ਰਿਸਚਨ ਸਮਾਗਮ ਨੂੰ ਕੁਝ ਨਿਹੰਗਾਂ ਨੇ ਬੰਦ ਕਰਨ ਦੀ ਅਤੇ ਉੱਥੇ ਉਹਨਾਂ ਨੇ ਤੋੜਪਨ ਅਤੇ ਲੋਕਾਂ ਨਾਲ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਇੱਥੇ ਕ੍ਰਿਸਚਨ ਭਾਈਚਾਰੇ ਵੱਲੋਂ ਕੁਝ ਮਾਸੂਮ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਕ੍ਰਿਸਚਨ ਭਾਈਚਾਰੇ ਨੇ ਇਹ ਦੱਸਿਆ ਹੈ ਕਿ ਸੰਵਿਧਾਨ ਦੇ ਅਨੁਸਾਰ ਧਰਮ ਦਾ ਪ੍ਰਚਾਰ ਹਰ ਇੱਕ ਬੰਦਾ ਕਰ ਸਕਦਾ ਹੈ। ਮੌਕੇ 'ਤੇ ਮੌਜੂਦ ADSP ਜਸਵੰਤ ਕੌਰ ਜੀ ਨੇ ਇਹ ਮਾਮਲਾ ਸ਼ਾਂਤੀਪੂਰਵਕ ਸੁਲਝਾਉਣ ਦਾ ਪੂਰਾ ਪ੍ਰਯਤਨ ਕੀਤਾ ਹੈ। ਹਾਂਜੀ, ਮੇਰਾ ਨਾਮ ਰਮਨਦੀਪ ਹੈ। ਮੈਂ ਇਸ ਜਗ੍ਹਾ 'ਤੇ ਸੈਕਟਰੀ ਹਾਂ ਚਰਚ ਦੇ ਵਿੱਚ। ਔਰ ਇਸ ਜਗ੍ਹਾ 'ਤੇ ਮੰਨ ਲਓ ਕਿ ਸਵੇਰ ਤੋਂ ਹੀ ਅਸੀਂ ਸਾਨੂੰ ਨਹੀਂ ਪਤਾ ਅਸੀਂ ਤਾਂ ਆਪਣੇ ਜਿਸ ਤਰ੍ਹਾਂ ਆਏ ਐਤ ਸੰਡੇ ਨੂੰ ਅਸੀਂ ਆਪਣੀ ਬੰਦਗੀ ਕਰਦੇ ਹਾਂ ਯਿਸ਼ੂ ਮਸੀਹ ਦੀ, ਅਸੀਂ ਬੰਦਗੀ ਕਰ ਰਹੇ ਸੀਗੇ। ਔਰ ਸ਼ੁਰੂਆਤ ਦੇ ਵਿੱਚ ਸਾਨੂੰ ਕਿਸੇ ਨੇ ਬਾਹਰੋਂ ਹੀ ਸੇਵਾਦਾਰ ਆ ਕੇ ਦੱਸ ਰਹੇ ਕਿ ਇਸ ਤਰ੍ਹਾਂ ਨਿਹੰਗਾਂ ਨੇ ਛਾਉਣੀ ਲਾ ਲਈ ਆ ਬਾਹਰ ਸਾਡੇ ਵਿਰੋਧ ਦੇ ਵਿੱਚ ਕਿ ਇਹ ਧਰਮ ਪਰਿਵਰਤਨ ਕਰਦੇ ਆ। ਇਸ ਤਰ੍ਹਾਂ ਦੀ ਵੀਰ ਜੀ ਕੋਈ ਗੱਲ ਨਹੀਂ ਕਿ ਅਸੀਂ ਧਰਮ ਪਰਿਵਰਤਨ ਕਰਦੇ ਹਾਂ। ਮੰਨ ਲਓ ਇੱਥੇ ਸ਼ਰਾਬੀ ਜਿਹੜਾ ਸ਼ਰਾਬ ਪੀਂਦਾ ਉਹ ਆਉਂਦਾ ਵਾ, ਸ਼ਰਾਬ ਛੱਡ ਦਿੰਦਾ ਵਾ, ਤੇ ਇਹਦਾ ਮਤਲਬ ਉਹਦਾ ਧਰਮ ਪਰਿਵਰਤਨ ਨਹੀਂ ਹੋਇਆ, ਉਹਨੇ ਨਸ਼ਾ ਛੱਡਿਆ ਜਾਂ ਤੇ ਫਿਰ ਇਹ ਨਸ਼ੇ ਵਾਲੇ ਤੁਰੇ ਫਿਰਨ, ਬਿਮਾਰੀਆਂ ਵਾਲੇ ਤੁਰੇ ਫਿਰਨ। ਬਹੁਤ ਸਾਰੇ ਰੋਗੀ ਆਉਂਦੇ ਆ ਔਰ ਇਹਨਾਂ ਨੇ 2-3 ਵਾਰ ਪਹਿਲਾਂ ਆਏ ਅੰਦਰ ਰੂਮ ਦੇ ਸਾਡੇ ਭਵਨ ਦੇ ਵਿੱਚ ਔਰ ਕਹਿੰਦੇ ਆ ਕਿ ਪਰਨਿਆਂ ਵਾਲੇ ਉਹਨਾਂ ਨੇ ਪਰਨੇ ਪੁਰਨੇ ਲਾ ਕੇ ਪੀਲੇ ਲੈ ਗਏ ਆ ਵੀਰਾਂ ਦੇ ਸਿਰਾਂ ਤੋਂ। ਔਰ ਜੇ ਇੱਦਾਂ ਕਰ ਰਹੇ ਆ ਤੇ ਇਹ ਆਪਣੇ ਸਿੱਖ ਘਟਾ ਰਹੇ, ਸਾਡਾ ਕੁਛ ਨਹੀਂ ਜਾ ਰਿਹਾ ਇਹਦੇ ਵਿੱਚ। ਇਹ ਪਰਨੇ ਲਵਾ ਲਏ ਇਹਨਾਂ ਨੇ ਜਦੋਂ ਪਰਨੇ ਲਵਾਏ ਆ ਔਰ ਜਦੋਂ ਇਹ ਮੁੜ ਕੇ ਫਿਰ ਚਲੇ ਗਏ ਆ ਔਰ ਬਾਰ ਬਾਰ ਜਦੋਂ ਬਾਅਦ 'ਚ ਇਹਨਾਂ ਨੇ ਕਿਹਾ ਕਿ ਸਾਊਂਡ ਬੰਦ ਕਰ ਦਿਓ, ਸਾਊਂਡ ਦੀ ਆਵਾਜ਼ ਘੱਟ ਕਰ ਦਿਓ, ਅਸੀਂ ਸਾਊਂਡ ਦੀ ਆਵਾਜ਼ ਵੀ ਘੱਟ ਕਰ ਦਿੱਤੀ ਆ। ਔਰ ਬਾਅਦ ਵਿੱਚ ਇਹਨਾਂ ਨੇ ਇੱਧਰ ਦੀ ਆ ਕੇ ਆਹ ਸਾਈਡ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ, ਇੱਧਰ ਦੀ ਇਹਨਾਂ ਨੇ ਹਮਲਾ ਕੀਤਾ ਆ ਕੇ ਤਲਵਾਰਾਂ, ਸਾਰਾ ਸਾਡਾ ਸਾਊਂਡ ਸਾਡੇ ਪਾਸ ਜੀ ਜਿਹੜੇ ਖਲੋਤੇ ਸੀਗੇ ਕਹਿੰਦੇ ਇਹਨਾਂ ਦੇ ਪਾਸਟਰ ਨੂੰ ਚੁੱਕੋ, ਤਲਵਾਰਾਂ ਦੇ ਨਾਲ ਜਦੋਂ ਹਮਲਾ ਕੀਤਾ ਵਾ। ਔਰ ਬਹੁਤ ਸਾਰੇ ਮਰੀਜ਼ ਜਿਹੜੇ ਵਿਚਾਰੇ ਹੁਣ ਉਹ ਤਾਂ ਭੱਜ ਨਹੀਂ ਸੀ ਸਕਦੇ, ਬਾਕੀ ਤਾਂ ਉੱਠ ਗਏ। ਜਿਹੜੇ ਮਰੀਜ਼ ਲੋਕਾਂ ਨੇ ਨੀਚੇ ਲਟਾਏ ਹੋਏ ਸੀ, ਬੱਚੇ ਇੱਕ ਹੈਂਡੀਕੈਪ ਬੱਚਾ ਸੀ, ਉਹਦੀ ਮਾਂ ਵੀ, ਤੁਹਾਨੂੰ ਵੀਡੀਓ ਹੁਣੇ ਅਸੀਂ ਦੇ ਦਿੰਦੇ ਆ। ਔਰ ਬੱਚੇ ਦੇ ਉਹਨੂੰ ਬੱਚੇ ਦੇ ਵੀ ਸੱਟ ਮਾਰੀ, ਉਹ ਖੂਨੋ ਖੂਨੋ ਹੋ ਗਿਆ ਵਾ, ਹੈਂਡੀਕੈਪ ਬੱਚਾ ਸੀਗਾ ਔਰ ਉਹਦੀ ਮਾਂ ਦੇ ਸਾਰੇ ਹੀ ਕੱਪੜੇ ਲਿਬੜੇ ਹੋਏ ਹਨ ਔਰ ਇੱਕ ਭੈਣ ਲੇਟੀ ਹੋਈ ਸੀ ਨੀਚੇ, ਉਹਨੂੰ ਵੀ ਸੱਟਾਂ ਮਾਰੀਆਂ। ਪਰ ਇਹ ਸਹੀ ਨਹੀਂ ਆ, ਜੇ ਚੋਲੇ ਦੇ ਵਿੱਚ ਨਾ ਤੇ ਚੋਲਾ ਇਹ ਥੋੜੀ ਕਹਿੰਦਾ ਤੁਸੀਂ ਗੁੰਡਾਗਰਦੀ ਕਰੋ। ਪ੍ਰਸ਼ਾਸਨ ਦੇ ਹੁੰਦਿਆਂ ਇਹਦਾ ਹਮਲਾ ਹੋਇਆ, ਹੁਣ ਪ੍ਰਸ਼ਾਸਨ ਨੂੰ ਕਹੀਂ ਕੀ ਮੰਗ ਕਰੀਏ? ਪ੍ਰਸ਼ਾਸਨ ਮੌਕੇ ਤੇ ਮੌਜੂਦ ਸੀ ਜੀ, ਜਸ ਮੌਜੂਦ ਸੀ ਜੀ। ਮੰਗ ਅਸੀਂ ਕੀ ਕਰਨੀ? ਅਸੀਂ ਤਾਂ ਸੰਡੇ ਨੂੰ ਬੰਦਗੀ ਸ਼ਾਂਤੀ ਨਾਲ ਕਰਦੇ ਆ। ਹੁਣ ਇਹਨਾਂ ਦੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਇੱਕ ਬੰਦੇ ਨੇ ਕਹਿੰਦੇ ਬੇਅਦਬੀ ਕੀਤੀ ਹੈ, ਇਹਨਾਂ ਨੇ ਉੱਥੇ ਬੰਦਾ ਮਾਰਤਾ। ਹੁਣ ਇਹਨਾਂ ਨੇ ਇੰਨੀ ਜ਼ਿਆਦਾ ਬੇਅਦਬੀ ਕੀਤੀ ਆ, 300-400 ਬੰਦਾ ਕੇ ਬੇਅਦਬੀ ਕੀਤੀ, ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ? ਤੁਹਾਡੇ ਕੋਲ ਸਭ ਦੀ ਵੀਡੀਓ ਵਗੈਰਾ ਹੈਗੀ? ਯੈਸ। ਮਾਹੌਲ ਗਰਮ ਸੀਗਾ ਤੇ ਉਹ ਤੇ ਇਦਾਂ ਹਮਲਾ ਕਰ ਰਹੇ ਸੀ, ਇੰਨਾ ਸਮਾਂ ਹੀ ਨਹੀਂ ਸੀਗਾ ਕਿ ਅਸੀਂ ਬਾਹਰ ਬਾਹਰ ਆ ਰਹੇ ਸੀਗੇ। ਤੁਹਾਡੇ ਕੋਲ ਕਿਸੇ ਪੁਲਿਸ ਅਧਿਕਾਰੀ ਨੇ, ਉੱਚ ਅਧਿਕਾਰੀ ਨੇ ਪਹੁੰਚ ਕੀਤੀ ਹੁਣ ਤੱਕ? ਹਾਂ, ਸਾਨੂੰ ਇੰਨਾ ਆ ਕੇ ਕਿਹਾ ਕਿ ਸਾਊਂਡ ਬੰਦ ਕਰ ਦੋ, ਅਸੀਂ ਸਾਊਂਡ ਬੰਦ ਕਰ ਦਿੱਤਾ। ਅਸੀਂ ਗੱਲ ਕਰ ਲਗੇ, ਪੁਲਿਸ ਇੱਕ ਜਣਾ ਨਹੀਂ ਸੀ, ਹਜ਼ਾਰ ਕਾਫੀ ਜਾਣਾ ਪੁਲਿਸ ਸੀਗੀ ਔਰ ਫਿਰ ਵੀ ਉਹਨਾਂ ਦੇ ਹੁੰਦਿਆਂ ਇੱਥੇ ਹਮਲਾ ਹੋਇਆ ਸਾਡੇ ਤੇ। ਔਰ ਇਧਰਲੀ ਸਾਈਡ ਤੇ ਭੈਣਾਂ ਹੀ ਭੈਣਾਂ ਨੂੰ ਕਾਫੀ ਜ਼ਿਆਦਾ ਸੱਟਾਂ ਲੱਗੀਆਂ, ਚੁੰਨੀਆਂ ਲੱਥ ਗਈਆਂ, ਚੁੰਨੀਆਂ ਲਾਉਣੀਆਂ, ਬੜੀਆਂ ਕਰਤੂਤਾਂ ਦੀਆਂ ਗੱਲਾਂ ਇਹਨਾਂ ਦੀਆਂ। ਕਿੰਨੇ ਬੰਦਿਆਂ ਨੂੰ ਸੱਟਾਂ ਲੱਗੀਆਂ ਜੀ? ਹੁਣ ਉਹ ਇੱਥੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਭੇਜ ਦਿੱਤਾ, ਇੱਥੇ ਮੌਜੂਦ ਹੁੰਦੇ। ਕਿੰਨਾ ਅੰਦਾਜ਼ਾ ਕਿੰਨੇ ਲੋਕਾਂ ਨੂੰ ਪਤਾ? ਮੇਰੀ ਗੱਲ ਸੁਣੋ, ਹੁਣ ਮੰਨ ਲਓ ਸੱਟਾਂ 'ਚ ਮੰਨ ਲਓ ਖੂਨ ਤੋਂ ਬਿਨਾਂ ਸੱਟਾਂ ਲੱਗੀਆਂ, ਗੁੱਜੀਆਂ ਸੱਟਾਂ ਲੱਗੀਆਂ, ਤਾਂ ਹੁਣ ਇਹਨਾਂ ਦੀ ਕਿੰਨੀ ਕੁ ਗਿਣਤੀ ਕਰੀਏ? ਕਿਉਂਕਿ ਭੈਣਾਂ ਅੱਗੇ ਹੋ ਗਈਆਂ ਵਾ। ਅੰਦਾਜ਼ਾ 15 ਕਾਫੀ ਜਾਣੇ? ਹਾਂਜੀ, 20-25-30 ਜਾਣਿਆਂ ਨੂੰ ਤਾਂ ਨੋਰਮਲੀ ਲੱਗੀਆਂ ਹੋਈਆਂ, ਕਿਉਂਕਿ ਜਿਹੜੇ ਅੱਗੇ ਹੋਏ ਆਪਣੇ ਬਚਾਓ ਕੋਈ ਗੰਭੀਰ ਜ਼ਖਮੀ ਤਾਂ ਨਹੀਂ ਹੋਇਆ? ਉਹ 300-400 ਜਾਣਾ ਸੀਗਾ, ਉਹਨਾਂ ਨੇ ਛਾਉਣੀ ਲਾਈ ਹੋਈ ਸੀਗੀ, ਪੂਰਾ ਟੈਂਟ ਲਾਇਆ ਹੋਇਆ ਸੀ। ਇਹਦੇ ਵਿੱਚ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ? ਹਾਂਜੀ ਹੋਇਆ, ਮੈਂ ਦੱਸ ਰਹੀ ਨਾ, ਇੱਕ ਬੇਟਾ ਹੈਂਡੀਕੈਪ ਹੈਂਡੀਕੈਪ ਬੱਚਾ ਹੋਇਆ। ਹੁਣ ਤੁਸੀਂ ਕੀ ਮੰਗ ਕਰਦੇ ਜੀ? ਮੰਗ ਕੀ ਕਰਨੀ ਹੈ ਵੀਰ ਜੀ? ਮੰਗ ਹੁਣ ਕਿਹਦੇ ਅੱਗੇ ਕਰੀਏ? ਪੁਲਿਸ ਵਾਲੇ ਦੇ ਹੁੰਦੇ ਹੋ ਹਮਲਾ ਹੋਇਆ, ਹੁਣ ਮੰਗ ਕੀ ਕਰੀਏ ਅਸੀਂ? ਅੱਜ ਜ਼ਿਲ੍ਹਾ ਅੰਮ੍ਰਿਤਸਰ ਮਹਿਤਾ ਰੋਡ ਤੇ ਜੋ ਕਿ ਅੱਡਾ ਡੱਡੂਆਣਾ ਹੈ, ਇੱਥੇ ਪਿਛਲੇ 6-7 ਮਹੀਨਿਆਂ ਤੋਂ ਇੱਕ ਅਖੌਤੀ ਪ੍ਰਚਾਰਕ ਜੋ ਕਿ ਆਪਣੇ ਆਪ ਨੂੰ ਈਸਾਈ ਦਾ ਪ੍ਰਚਾਰਕ ਕਹਿੰਦਾ ਹੈ ਪਰ ਉਸਨੂੰ ਈਸਾਈ ਮਤ ਦਾ ਊੜਾ ਜਿਹੜਾ ਵੀ ਨਹੀਂ ਆਉਂਦਾ, ਅਤੇ ਇੱਥੋਂ ਦੇ ਜਿਹੜੇ ਸਾਡੇ ਇਲਾਕੇ ਦੇ ਭੋਲੇ ਭਾਲੇ ਲੋਕ ਹਨ, ਪਹਿਲਾਂ ਤਾਂ ਆਪਣੇ ਰਿਸ਼ਤੇਦਾਰ ਇਕੱਠੇ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਅਤੇ ਉਹਨਾਂ ਨੂੰ ਇਹਨੇ ਸਿਖਾਇਆ ਹੁੰਦਾ ਵੀ ਆਹ ਤੁਸੀਂ ਪਖੰਡਵਾਦ ਕਰਨਾ, ਅਤੇ ਉਹ ਫਿਰ ਭੋਲੇ ਭਾਲੇ ਲੋਕਾਂ ਨੂੰ ਇਹ ਗੁੰਮਰਾਹ ਕਰਕੇ ਅਤੇ ਉਹਨਾਂ ਦੇ ਧਰਮ ਤਬਦੀਲ ਕਰਾਉਂਦਾ। ਅਤੇ ਪਿੰਡਾਂ ਦੇ ਵਿੱਚ ਜਦੋਂ ਕਿ ਲੋਕ ਵੀ ਨਹੀਂ ਚਾਹੁੰਦੇ, ਬੀਬੀਆਂ ਭੇਜ ਕੇ ਉਹਨਾਂ ਦੇ ਘਰ ਪਰਚੇ ਸਟਵਾਉਂਦਾ। ਸੋ ਸਾਰੇ ਇਲਾਕੇ ਨੇ ਅਤੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ। ਅੱਜ ਤੋਂ 6 ਮਹੀਨੇ ਪਹਿਲਾਂ ਪ੍ਰਸ਼ਾਸਨ ਨੂੰ ਕਿਹਾ ਸੀ
प्रशासन ने अज सू विश्वास दवाया है कि ये जड़ा वा इतने पखंड का जोड़ा चला रहा ड्रामा ये नहीं चलेगा। तो मैं जिन्या भी पंजाब के जथेबंदियां सारियां अपील करूँगा कि जे अज आप तगड़े हो के अपने धर्म को अपने पंजाब को बचावे बचूगा सो सारे रल मिल के हंबला मारीे ये पखंडवाद तो पंजाब को मुक्ति करवाईए भावें वह साढ़े सिख धर्म के भावें वह ईसाई धर्म के जोड़ा भी पखंडवाद करता है पखंडवाद इतने बिल्कुल नहीं चलन दिता जाऊगा। बाबा जी वीडियो ही वायरल हो रही है गुमराह करके उन्हां दा धर्म तब्दील करे ते जदों ये इहो जे कर्म कर रहे हैं तो हर एक वीर नूं हर एक जिहड़े जागरूक लोग ने उन्हां नूं भावें किसे धर्म दे विच रहिंदा है उन्हां नूं इन्हां पखंडी लोगों का विरोध करना चाहिए। नहीं नहीं प्रशासन जिहड़ा विश्वास दवाया प्रशासन साढ़े नाल चलूगा प्रशासन उन्हां दी भी गल सुनूगा साड़ी भी सुनूगा प्रशासन ने सच्चाई वेखनी आ जो सच्चाई होगी वह फैसला लैणगे तो उही इन्हां ने फैसला हुण भी लिया वा अगे भी उही बरकरार रहूगा। नहीं नहीं बाबा जी ना लिया आओ इधर इधर छात माई आना यार छात माई चला इधर आ जाओ यार जरा बंदे पिछे है बंदे आ खबे जेड़े बंदे आ रहे हैं प्रचार नहीं होने देना कुछ उन्होंने गल्लां सी जिहड़ियां कि साडे नाल शेयर कीतियां उन्होंने उहदे मुताबक जिहड़ी कि जगह जिन्हां ने रेंट ते दित्ती हुई सी कुछ उन्होंने साडा डिस्कस होया ते जिहड़े क्रिश्चन भाईचारे वालियां नूं भी असीं समझाया कुछ उन्होंने भी साडी गल सुन के मन लिया और जिहड़े सिख जथेबंदी दे बाबा जी मेजर सिंह जी सी आए उन्हां नाल भी साडा विचार वटांदरा होया ते उन्होंने भी जो गल उन्होंने कही तो जिहड़ा ये जिहड़ा विवाद सीगा ये शांतिपूर्वक जिहड़ा हल हो गया। मैम फिलहाल हुण ते शांतिपूर्वक हो गया गांह वधन दे कोई चांस जां जे इन्हां ने ना इस तरां जो देखो वो उन्होंने कहा कि यह मेरे एरिए का मैटर सीगा कि मेरे जिहड़े पिंड दे लागे लागे दे जिहड़े लोग सी उन्हां वल्लों जिहड़ा मैनूं ना भी आए सीगे लिख के भी ये जिहड़ा इस जगह ते प्रचार जिहड़ा आपां नहीं कर देना कोई एवें दी गलबात नहीं है। बाबा जी समझे हुए आ बाबा जी नूं पता हो कि सारे धर्म जिहड़े बराबर हैगे आ कोई भी आपां चाहे कोई भी धर्म होवे सारयां नूं प्रचार करन दा हर एक नूं हक आ तो आप जे सा गुरु आ सू यही सिखा के गया कि आप किसी जे सारे धर्मां की ही सत्कार करिए। क्रिश्चन भाईचारे ने प्रशासन को विश्वास हुआ नहीं क्रिश्चन भाईचारे नाल तो यह जी जी उन्होंने जगह रेंट पर लई हुई है उन्होंने भी एवें कोई गलबात नहीं आ भी जी जगह वा सरपंच साहब जोड़े आना ही कोई गलबात आ भी जिनी देर तक उन्होंने रेंट तो इन्हों दी हुई सी साल वास्ते मेरा ख्याल उन्होंने दिती हुई सी तो जो सरपंच साहब वो भी जगह शायद ਵੀ ਆਉਣ ਵਾਲੇ ਸਮੇਂ 'ਚ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਉਹਨਾਂ ਦੀ। ਵਿਵਾਦ ਖਤਮ ਹੋ ਗਿਆ ਜੀ? ਹਾਂਜੀ ਹਾਂਜੀ ਖਤਮ ਆ ਜੀ।